जय हिंद दोस्तों, मैं प्रीतम सिंह, प्रीतम हिट आर्मी इंस्ट्रक्टर। दोस्तों आज दी वीडियो उन्होंने बच्चों के लिए है जिहड़े बच्चों के पंजाब पुलिस कॉन्स्टेबल नंबर घट है, जिहड़े बच्चों लगता कि हाँ साड़ी जिहड़ी आ भर्ती आ असी नहीं हो सकते, इस चीज़ लैके साडा ट्रायल दे विच साडी लिस्ट विच नाम नहीं आना हैगा। ये उन्होंने लिए बहुत वड्डी खुशखबरी आ, एक भर्तियां निकलियां ने FCI दे विच, तो उस दे बारे थोड़ा जी इस वीडियो दे विच पूरी डिटेल देने आ। डिटेल देने तो पहला जे तुसी मेरे चैनल पर नवे हो तो मेरे चैनल में मेक श्योर सबसक्राइब जरूर कर लियो, बैल आइकन जरूर दबा लियो, ताकि थोड़ा नवी तो नवी भर्ती के बारे या आर्मी के बारे हर एक डेट आ जी पंजाब पुलिस के बारे थोड़ा मिलती रहे। कोई फिजिकल फिटनेस की वीडियो सारी थोड़ा इस पर शेयर होंगी रहनी है। तो दोस्तों देर ना करते हुए वीडियो स्टार्ट करते हैं, चलते वीडियो तरफ। हाँ जी बच्चे, फर्स्ट ऑफ ऑल थोड़ा FCI का फुल फॉर्म की है, फूड कारपोरेशन ऑफ इंडिया के जिहड़ियां भर्तियां निकलियां ने, मुंडियां ते कुड़ियां दे लई भर्तियां। तो हुण बारी बारी आप मेजरमेंट करते हैं की है। फर्स्ट ऑफ ऑल इहदी एलिजिबिलिटी की है, कौन कौन आ जिहड़ा बच्चा भर सकदा, की कुड़ियां भर सकदियां ने, की मुंडे भर सकदे ने। हाँ जी, कुड़ियां ते मुंडे दोहे अठवीं पास कोई भी भर सकदा इहनूं। 18 ਇਹਦੀ ਜੋ ਏਜ ਲਿਮਿਟ ਹੈ ਉਹ ਕੀ ਹੈ? 18 ਤੋਂ ਲੈ ਕੇ 25 ਸਾਲ ਤੱਕ, ਬਾਕੀ ਏਜ ਰਿਲੈਕਸੇਸ਼ਨ ਅਕੋਰਡਿੰਗ ਟੂ ਦੀ ਕੋਟਾ। ਠੀਕ ਹੈ ਜੀ, ਕੋਟੇ ਦੇ ਅਕੋਰਡਿੰਗ ਜੋ ਆ ਤੁਹਾਨੂੰ ਰਿਜ਼ਰਵੇਸ਼ਨ ਆ, ਐਸੀ ਕੋਟੇ ਦੇ ਅਕੋਰਡਿੰਗ ਹੈ ਨਾ, ਜਨਾ ਕੋਟੇ ਦੇ ਅਕੋਰਡਿੰਗ ਉਹ ਅਕੋਰਡਿੰਗ ਤੁਹਾਨੂੰ ਰਿਜ਼ਰਵੇਸ਼ਨ ਹੈਗੀ ਇਹਦੇ ਵਿੱਚ। ਉਸ ਤੋਂ ਬਾਅਦ ਇਹਦੀ ਜੋ ਲਾਸਟ ਡੇਟ ਹੈ ਫਾਰਮ ਫਿਲ ਕਰਨ ਦੀ ਉਹ 10 ਨਵੰਬਰ ਹੈ, 10 ਨਵੰਬਰ 2021 ਹੈ ਜਿਹੜੀ ਇਹਦੀ ਲਾਸਟ ਡੇਟ ਹੈ ਜੀ। ਉਸ ਤੋਂ ਪਹਿਲਾਂ ਪਹਿਲਾਂ ਫਾਰਮ ਆ ਜਿਹੜੇ ਤੁਸੀਂ ਫਿਲ ਕਰ ਦਿਓ। ਉਸ ਤੋਂ ਬਾਅਦ ਚੱਲਦੇ ਹਾਂ ਫਿਜ਼ੀਕਲ ਮਈਅਰ ਫਿਜ਼ੀਕਲ ਫਿਟਨੈਸ ਦੀ ਤਰਫ। ਇਹਦੇ ਵਿੱਚ ਟੈਸਟ ਕੀ ਨੇ? ਫਿਜ਼ੀਕਲ ਟੈਸਟ ਆ ਜਿਹੜਾ ਉਹ ਕੀ ਆ? ਮੇਲ ਦੇ ਲਈ ਫਸਟ ਆਫ ਆਲ ਮੇਲ ਦੇ ਲਈ ਫਿਜ਼ੀਕਲ ਟੈਸਟ ਦੱਸੋ ਜੀ। 1000 ਮੀਟਰ, 1 ਕਿਲੋਮੀਟਰ ਆਪਾਂ 5.5 ਮੀਟਰ 'ਚ ਕਵਰ ਕਰਨੀ। 1 ਕਿਲੋਮੀਟਰ ਰੇਸ ਆ ਜੀ ਸਿਰਫ, ਠੀਕ ਹੈ ਜੀ। ਜੇ ਤੁਹਾਡੇ ਕੋਲ 400 ਮੀਟਰ ਦਾ ਟਰੈਕ ਆ ਤਾਂ ਉਹਦੇ ਵਿੱਚ ਸਿਰਫ 2.5 ਚੱਕਰ ਨੇ, 2.5 ਚੱਕਰ ਤੁਸੀਂ 5.5 ਮਿੰਟ ਦੇ ਵਿੱਚ ਕਵਰ ਕਰਨੇ ਨੇ ਮੁੰਡਿਆਂ ਦੇ ਲਈ ਆ, ਠੀਕ ਹੈ। ਉਸ ਤੋਂ ਬਾਅਦ ਮੁੰਡਿਆਂ ਦੇ ਲਈ ਜੰਪ, ਮੁੰਡਿਆਂ ਲਈ ਜੰਪ 3.95 ਮੀਟਰ, 3.95 ਮੀਟਰ ਆ ਜਿਹੜਾ ਮੁੰਡਿਆਂ ਦੇ ਲਈ ਆ ਉਹ ਜੰਪ ਆ ਜੀ, ਲੌਂਗ ਜੰਪ ਆ, ਠੀਕ ਹੈ। ਅਤੇ ਹਾਈ ਜੰਪ ਦੀ ਗੱਲ ਕਰਦੇ ਹਾਂ, 1.14 ਮੀਟਰ, 1.14 ਮੀਟਰ ਆ ਜਿਹੜਾ ਹਾਈ ਜੰਪ ਆ ਜੀ ਮੁੰਡਿਆਂ ਦੇ ਲਈ, ਠੀਕ ਹੈ। ਇਹਨੂੰ ਕਨਵਰਟ ਕਰ ਲਿਓ ਸੈਂਟੀਮੀਟਰ ਦੇ ਵਿੱਚ, ਕਨਵਰਟ ਕਰ ਲਿਓ, ਤੁਹਾਨੂੰ ਇਹ ਕਨਵਰਟ ਕਰਕੇ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਜੋ ਡਿਟੇਲ ਆ ਇਹਦੀ ਫੁੱਲ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਆ ਜਾਂਦੀ ਆ ਗਰਲਸ ਵਾਸਤੇ। ਹਾਂਜੀ, ਗਰਲਸ ਵਾਸਤੇ ਦੱਸੋ ਜੀ। ਗਰਲਸ ਵਾਸਤੇ 800 ਮੀਟਰ ਰਨਿੰਗ ਹੈ ਅਤੇ 4.25 ਮਿੰਟ 2:55 ਸੈਕਿੰਡ, 800 ਮੀਟਰ ਰਨਿੰਗ ਹੈ ਜੀ ਕੁੜੀਆਂ ਦੀ। ਅਤੇ ਟਾਈਮਿੰਗ ਕੀ ਦੱਸੀ ਤੁਸੀਂ? 4.25 ਮਿੰਟ ਹੈ 2:55 ਸੈਕਿੰਡ, ਠੀਕ ਹੈ ਜੀ। 3:45 ਦਾ ਟਾਈਮ ਆ ਜੀ ਕੁੜੀਆਂ ਦੇ ਲਈ 800 ਮੀਟਰ ਦਾ, ਅਤੇ ਇਸ 4:15 ਟਾਈਮਿੰਗ ਆ। ਜਿਵੇਂ ਪੰਜਾਬ ਪੁਲਿਸ ਦੇ ਵਿੱਚ 4.5 ਮਿੰਟ ਆ ਤਾਂ ਇਹਦੇ ਵਿੱਚ 4:15 ਟਾਈਮਿੰਗ ਆ, ਥੋੜ੍ਹਾ ਇਹ 'ਚ ਥੋੜ੍ਹਾ ਹਾਰਡ ਲੱਗ ਰਿਹਾ। ਹਾਂਜੀ, ਨੈਕਸਟ ਕੁੜੀਆਂ ਦੇ ਲਈ ਲੌਂਗ ਜੰਪ ਕਿੰਨਾ ਜੀ? ਲੌਂਗ ਜੰਪ 2.754 ਮੀਟਰ, 2.74 ਮੀਟਰ ਆ ਜਿਹੜਾ ਕੁੜੀਆਂ ਦਾ ਲੌਂਗ ਜੰਪ ਹੈ ਜੀ, ਠੀਕ ਹੈ। ਅਤੇ ਉਸ ਤੋਂ ਬਾਅਦ ਹਾਈ ਜੰਪ 0.90 ਮੀਟਰ। ਇਹ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਜਿਹੜਾ ਹੈਗਾ ਇਹ ਜੰਪ, ਸੇਮ ਉਹੀ ਜੰਪ ਆ ਜੀ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਓਕੇ ਜੀ। ਹਾਂਜੀ, ਇਹ ਸੀਗਾ ਜੀ ਕੁਛ। ਉਸ ਤੋਂ ਬਾਅਦ ਤੁਹਾਨੂੰ ਇਹਦੀ ਫੀਸ ਦੀ ਗੱਲ ਦੱਸਦੀ ਹੈ। ਫੀਸ ਇਹਦੀ 250 ਰੁਪਏ ਰੱਖੀ ਗਈ ਆ ਜਿਹੜੀ ਜਨਰਲ ਦੀ ਆ, ਅਤੇ ਐਸ ਸੀ ਦੀ ਕਿੰਨੀ ਆ? ਐਸ ਸੀ ਮੈਂ ਵਿੱਚ ਪਾ ਦਾਂਗਾ ਜੋ ਡਿਸਕ੍ਰਿਪਸ਼ਨ ਦੇ ਵਿੱਚ ਨਹੀਂ ਹੋਏਗੀ, ਫੁੱਲ ਡਿਟੇਲ ਪਾ ਦਾਂਗਾ, PDF ਪਾ ਦਾਂਗਾ। ਜੇ ਕਿਸੇ ਨੇ PDF ਲੈਣਾ ਹੋਇਆ ਤਾਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਵਟਸਐਪ 'ਤੇ PDF ਜਿਹੜਾ ਇਹਦਾ ਸੈਂਡ ਕਰਦਾ ਪ੍ਰੋਪਰ ਡਿਟੇਲ। ਅਤੇ ਜਿਹੜੇ ਫੋਰਮ ਨੇ ਜਲਦੀ ਤੋਂ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਲਾਸਟ ਡੇਟ ਰਹਿੰਦੀਆਂ ਨੇ ਜਦੋਂ ਤੁਸੀਂ ਅਪਲਾਈ ਉਹ 9-10 ਨੂੰ ਕਰੋਗੇ ਨਾ ਤਾਂ ਉਹਦੇ ਸਾਈਟ ਬਹੁਤ ਜ਼ਿਆਦਾ ਬਿਜ਼ੀ ਚੱਲਦੀ ਹੁੰਦੀ ਆ, ਅਤੇ ਸਾਰਿਆਂ ਨੇ ਉਸ ਟਾਈਮ 'ਤੇ ਫੀਸ ਫੂਸ ਜਿਹੜੀ ਆ ਸਾਰੀ ਭਰਨੀ ਹੁੰਦੀ ਆ, ਤਾਂ ਸਾਈਟ ਬਿਜ਼ੀ ਚੱਲਦੇ ਹੋਣ ਦੀ ਵਜ੍ਹਾ ਨਾਲ ਫਿਰ ਤੁਹਾਡਾ ਕਈ ਵਾਰ ਫੋਰਮ ਆ ਜਿਹੜਾ ਭਰਿਆ ਨਹੀਂ ਜਾਂਦਾ ਹੈਗਾ। ਹੁਣ ਤੁਹਾਡੇ ਕੋਲ ਟਾਈਮ ਹੈ 10-15 ਦਿਨ ਪਏ ਆ ਆਲਰੇਡੀ, ਤਾਂ ਆਪਣੇ ਜਿਹੜੇ ਫੋਰਮ ਨੇ ਹੁਣੇ ਇਹ ਸਾਰੇ ਭਰ ਦਿਓ, ਠੀਕ ਹੈ ਜੀ। ਇਸ ਚੀਜ਼ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਟਾਰਟ ਕਰ ਦਿਓ। ਮੇਰੀ ਅਕੈਡਮੀ ਦੇ ਵਿੱਚ ਆਲਰੇਡੀ ਇਸ ਦੇ ਬੈਚ ਸਟਾਰਟ ਹੋ ਚੁੱਕੇ ਆ, ਠੀਕ ਹੈ। ਇੱਕ ਭਰਤੀ ਦੇ ਭਰੋਸੇ ਨਾ ਰਹੋ, ਠੀਕ ਹੈ ਜੀ। ਪੰਜਾਬ ਪੁਲਿਸ ਕਾਂਸਟੇਬਲ ਆ ਜਿਹੜੀ ਜੋ ਭਰਤੀਆਂ ਸਾਰੀਆਂ ਨੇ, ਚਾਹੇ ਆਰਮੀ ਦੀ ਭਰਤੀ ਆ, ਤੁਹਾਨੂੰ ਪਤਾ ਆਰਮੀ ਭਰਤੀ ਕਾਫੀ ਟਾਈਮ ਤੋਂ ਨਹੀਂ ਨਿਕਲ ਰਹੀ ਹੈਗੀ, ਪੰਜਾਬ ਪੁਲਿਸ ਦੀ ਭਰਤੀ ਦਾ ਵੀ ਹਾਲੇ ਕੁਛ ਕਲੀਅਰ ਨਹੀਂ ਹੈਗਾ ਕਦੋਂ ਤੱਕ ਆਏਗਾ, ਬਟ ਇਹ ਭਰਤੀ ਆਈ ਆ ਤਾਂ ਇਹਨੂੰ FCI ਦੇ ਵਿੱਚ ਤੁਸੀਂ ਨੋਰਮਲ ਡਿਊਟੀ ਆ, ਇਹਦੇ ਵਿੱਚ ਕੋਈ ਖਾਸ ਡਿਊਟੀ ਨਹੀਂ ਹੈਗੀ, ਹੈ ਨਾ, ਕੋਈ ਹਾਰਡ ਕੰਮ ਨਹੀਂ ਹੈਗਾ ਇਹਦੇ ਵਿੱਚ ਇੰਨਾ, ਅਤੇ ਬਹੁਤ ਈਜ਼ੀਲੀ ਡਿਊਟੀ ਆ। ਅਤੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਵਰਦਾਨ ਆਏ ਜਿਹਨਾਂ ਦੀ 8ਵੀਂ ਪਾਸ ਨੇ ਜਿਹੜੇ, ਠੀਕ ਹੈ ਜੀ। ਅਤੇ ਇਹਨੇ ਦੋਸਤੋ ਜੇ ਤੁਹਾਨੂੰ ਇਹ ਮੇਰੀ ਇਹ ਵੀਡੀਓ ਵਧੀਆ ਲੱਗਦੀਆਂ ਨੇ, ਠੀਕ ਹੈ, ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਆਇਰੀ ਹੈ ਕਿਸੇ ਚੀਜ਼ ਨੂੰ ਲੈ ਕੇ ਪੰਜਾਬ ਪੁਲਿਸ ਰਿਲੇਟਡ ਜਾਂ ਆਰਮੀ ਰਿਲੇਟਡ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਫਿਜ਼ੀਕਲ ਬਾਰੇ, ਗਰਾਊਂਡ ਬਾਰੇ, ਜਾਂ ਕਿਸੇ ਤੁਹਾਨੂੰ ਬਾਡੀ ਪੇਨ ਹੋ ਰਿਹਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਆਇਰੀ ਆ, ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਮੇਰਾ ਨੰਬਰ ਨੀਚੇ ਡਿਸਪਲੇ ਹੋ ਰਿਹਾ ਉਹਨੂੰ ਕਾਲ ਕਰ ਸਕਦੇ ਹੋ, ਅਤੇ ਇਹੀ ਨੰਬਰ ਵਟਸਐਪ 'ਤੇ ਆ, ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਪਾ ਲਓ। ਜੇ ਕਿਸੇ ਟਾਈਮ ਤੁਹਾਡਾ ਕਾਲ ਪਿਕ ਨਹੀਂ ਹੁੰਦਾ ਹੈਗਾ ਤਾਂ ਡੋਂਟ ਵਰੀ, ਮੈਂ ਤੁਹਾਨੂੰ ਬੈਕ ਕਾਲ ਜ਼ਰੂਰ ਕਰਾਂਗਾ ਟਾਈਮ ਦੇ ਨਾਲ, ਠੀਕ ਹੈ ਜੀ। ਅਤੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੁਹਾਡੇ ਇੰਨੇ ਸਾਰੇ ਪਿਆਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।